بسم اللہ الرحمن الرحیم السلام علیکم ਤੁਸੀਂ ਦੇਖ ਰਹੇ ਜੇ ਪਾਕ ਬਫਲੋ ਟੀਵੀ ਤੇ ਮੈਂ ਤੁਹਾਡਾ ਹੋਸਟ ਆਫਜ਼ ਅਜ਼ਰ ਜੱਟ ਅੱਜ ਅਸੀਂ ਮੌਜੂਦ ਆ ਜ਼ਿਲ੍ਹਾ فیصل آباد ਸਾਡੇ ਨਾਲ ਜਿਹੜੇ ਸ਼ਖਸੀਅਤ ਖੜੇ ਨੇ ਬਹੁਤ ਮਸ਼ਹੂਰ ਤੇ ਸਮਾਜੀ ਸ਼ਖਸੀਅਤ ਨੇ ਮੱਜਾਂ ਦਾ ਸ਼ੌਕ ਹੋਵੇ ਬੱਕਰੀਆਂ ਦਾ ਸ਼ੌਕ ਹੋਵੇ ਬੱਚਿਆਂ ਦਾ ਹੋਵੇ ਕਜਲੇਆ ਛਤਰਿਆਂ ਦਾ ਹੋਵੇ ਤੇ ਇਹ ਹਰ ਸ਼ੌਕ ਨੂੰ ਸਪੋਰਟ ਕਰਦੇ ਨੇ ਅਮਲੀ ਤੌਰ ਤੇ ਤੇ ਚੋਰੀ ਅਤਾਰ ਚੋਰੀ ਅਤਾ ਗੁਰਸਾਬ ਇਹਨਾਂ ਦਾ ਨਾਮ ਹੈ ਤੇ ਇਹਨਾਂ ਨਾਲ ਅਸੀਂ ਤਾਰਫ਼ ਵੀ ਕਰਨੇ ਆ ਤੇ ਮਜ਼ੀਦ ਗੱਲਬਾਤ ਵੀ ਕਰਨੇ ਜੀ ਅਸਲਾਮੁਅਲੈਕ ਵਾਅਲੈਕੁਮ ਸਲਾਮ ਸੋ ਸਭ ਕੀ ਹਾਲਤ ਤਬੀਅਤ ਸੇ ਠੀਕ ਹੈ ਜੀ ਜੀ ਅੱਲਾ ਦਾ ਇਹਸਾਨ ਅੱਲਾ ਦਾ ਸ਼ੁਕਰ ਜੀ ਦੋਸਤੋ ਹਾਲੀਆਂ ਦਿਨਾਂ 'ਚ ਜਿਹੜਾ ਤੁਸੀਂ ਬੱਕਰਾ ਸ਼ੋਅ ਦੇਖਿਆ ਜੇ ਚ ਮਾਸ਼ਾਅੱਲਾ ਫਰਸਟ ਬੱਕਰਾ 327 ਕੇਜੀ ਕਰਕੇ ਵਰਲਡ ਰਿਕਾਰਡ ਬਣਿਆ ਹੈਗਾ ਉਹਦੀ ਇੰਤਜ਼ਾਮੀਆਂ ਜਿਹੜੀ ਆ ਉਹਦੇ ਵਿੱਚ ਜਿਹੜੇ ਇੰਤਜ਼ਾਮੀਆਂ ਦੇ ਸਰਪ੍ਰਸਤ اعلی ਉਹ ਚੋਰੀ ਅਤਾ ਗੁਜਰ ਸਾਹਿਬ ਨੇ ਤੇ ਇਹਨਾਂ ਨੇ ਮਾਸ਼ਾਅੱਲਾ ਬੜੀਏ ਪਾਰੀ ਇਨਾਮਤ ਦੇ ਕੇ ਜਿਹੜਾ ਸ਼ੌਕ ਨੂੰ ਜ਼ਿੰਦਾ ਰੱਖਿਆ ਤੇ ਅਸੀਂ ਆਪਣੇ ਚੈਨਲ ਦੀ ਤਰਫੋਂ ਇਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਜੀ ਖੈਰਮਾਰ ਜੀ ਚੋਈ ਸਾਹਿਬ ਹੁਣ ਜਿਹੜਾ ਮੱਝ ਦੇ حوالے ਨਾਲ ਤੇ ਗਾਂ ਦੇ حوالے ਨਾਲ ਜਿਹੜੀ ਇੱਕ ਤੁਹਾਡੇ ਕੋ ਖੁਸ਼ਖਬਰੀ ਹੈ ਦੋਸਤਾਂ ਲਈ ਸਭ ਤੋਂ ਪਹਿਲੇ ਤੇ ਉਹ ਅਨਾਉਂਸ ਕਰੋ ਤੁਸੀਂ بسم اللہ الرحمن الرحیم جی ਹਾਂ ਸਭ ਕੁਰਬਾਨੀ ਦੇ ਹਵਾਲੇ ਦੇ ਨਾਲ ਤੇ ਮਾਸ਼ਾਅੱਲਾ 24ਵਾਂ ਪ੍ਰੋਗਰਾਮ ਸੀਗਾ ਇਸ ਸਾਲ ਜੀ ਹਰ ਸਾਲ ਪੂਰੇ ਪਾਕਿਸਤਾਨ ਚੋਂ ਲੋਕ ਜਾਨਵਰ ਲੈ ਕੇ ਆਂਦੇ ਜੀ ਤੇ ਉਸ ਪ੍ਰੋਗਰਾਮ ਦਾ ਮੇਨ ਮਕਸਦ ਸੁੰਨਤ ਇਬਰਾਹੀਮੀ ਨੂੰ ਜਾਗਰ ਕਰਨਾ ਔਰ ਲੋਕਾਂ ਦੀ ਹੌਸਲਾ ਫਜ਼ਾਈ ਕਰਨਾ ਔਰ ਜਦੋਂ ਵੀ ਕੋਈ ਚੀਜ਼ ਸ਼ੌਕ ਚ ਆ ਜਾਂਦੀ ਹੈ ਛੋਟੇ ਜਿਹੇ ਸਾਡੇ ਕਿਸਾਨ ਭਾਈ ਨੇ ਉਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ ਤੇ ਮਾਸ਼ਾਅੱਲਾ ਜਿੰਨੇ ਵੀ ਜਾਨਵਰ ਤਕਰੀਬਨ ਆਲਰੇਡੀ ਕੁਰਬਾਨੀ ਦੇ ਜ਼ਿਬਾ ਪਾਕਿਸਤਾਨ ਚ ਹੁੰਦੇ ਆ ਉਹਨਾਂ ਦੀ ਵਜ਼ਨ ਦਾ ਔਰ ਖੂਬਸੂਰਤੀ ਦਾ ਨਾਮ ਹੁੰਦਾ ਔਰ ਮਾਸ਼ਾਅੱਲਾ ਇਸ ਦਫਾ 327 ਕੇਜੀ ਬੱਕਰਾ ਫਰਖ ਅਜਾਦ ਸਾਹਿਬ ਉਹਨਾਂ ਦਾ ਵਿਨਰ ਹੋਇਆ ਔਰ ਬਹੁਤ ਮੈਂ ਕਹਿੰਦਾ ਕਿ ਦੁਨੀਆ ਦਾ ਸਭ ਤੋਂ ਬੜਾ ਬੱਕਰਾ ਸੀ ਇਸੇ ਤਰ੍ਹਾਂ ਹੀ ਊਂਠ ਦੀ ਆ ਜੀਏ 1417 ਕੇਜੀ ਸੀ ਤੇ ਅੱਜ ਤੱਕ ਦੁਨੀਆ ਚ ਇੰਨਾ ਊਂਠ ਦਾ ਵਜ਼ਨ ਨਹੀਂ ਹੋਇਆ ਉਦੀ ਵਜ੍ਹਾ ਹੀ ਜਿਹਦਾ ਇੰਨਾ ਮਾਸ਼ਾਅੱਲਾ ਲੋਕਾਂ ਦੀ ਕਿਉਂਕਿ ਅਰਸਾ ਦਰਾਜ ਤੋਂ ਮੇਲਾ ਹੋ ਰਿਹਾ ਔਰ ਲੋਕਾਂ ਚ ਹਰ ਸਾਲ ਸ਼ੌਕ ਬਹੁਤ ਜ਼ਿਆਦਾ ਵਧ ਰਿਹਾ ਮੇਲਾ ਆਪਣਾ ਮੱਝਾਂ ਦਾ ਜਿਹਦਾ ਮੇਲਾ ਹੈ ਮੈਂਸਾਂ ਦਾ 2019 ਚ ਜ਼ਰੇ ਯੂਨੀਵਰਸਿਟੀ ਕਰਵਾਇਆ ਸੀ ਤੇ ਅਗਲੇ ਸਾਲ ਦਾ ਵੀ ਉੱਥੇ ਐਲਾਨ ਕਰਤਾ ਸੀ ਲੇਕਿਨ ਕਰੋਨਾ ਦੀ ਵਜ੍ਹਾ ਨਾਲ 2 ਸਾਲ ਪ੍ਰੋਗਰਾਮ ਨਹੀਂ ਹੋ ਸਕਿਆ ਤੇ ਇਨਸ਼ਾਅੱਲਾ 2 ਨਵੰਬਰ ਬਰੋ ਜੁਮੇ ਤ ਜੁਮੇ ਰਾਤ ਸਵੇਰ ਸ਼ਾਮ ਦੀ ਕੱਚੀ ਚਵਾਈ ਹੋਏਗੀ ਔਰ ਜੁਮੇ ਵਾਲੇ ਦਿਨ ਇਨਸ਼ਾਅੱਲਾ ਜਿਹਦੀ ਫਾਈਨਲ ਪੱਕੀ ਸਵੇਰ ਸ਼ਾਮ ਦੀ ਚਵਾਈ ਪੱਕੀ ਹੋਏਗੀ ਇਹਦੇ ਚ ਅਸੀਂ ਬੈਂਸਾਂ ਦਾ ਮੁਕਾਬਲਾ ਦੁੱਧ ਦਾ ਔਰ ਖੂਬਸੂਰਤੀ ਦਾ ਸਹੀ ਵਾਲ ਗਾਏ ਦਾ ਦੁੱਧ ਔਰ ਖੂਬਸੂਰਤੀ ਦਾ ਬੱਕਰੀ ਦਾ ਦੁੱਧ ਔਰ ਖੂਬਸੂਰਤੀ ਦਾ ਤਿੰਨੇ ਕੈਟਾਗਰੀਜ਼ ਨੂੰ ਦੋ ਟਾਈਮ ਸਾਫ ਕੀਤਾ ਜਾਏਗਾ ਔਰ ਦੋ ਟਾਈਮ ਦਾ ਦੁੱਧ ਫਾਈਨਲ ਹੋਏਗਾ ਇਨਸ਼ਾਅੱਲਾ ਔਰ ਮੱਜਾਂ ਦਾ ਜਿਹਦਾ ਹੈ ਪਹਿਲਾ ਨਾਮ ਉਹ 3 ਲੱਖ ਰੁਪਏ ਹੈ ਦੂਸਰਾ 1 1 ਲੱਖ 50 ਹਜ਼ਾਰ ਤੀਸਰਾ 75 ਹਜ਼ਾਰ ਤੇ ਸਾਈਵਲ ਗਾਏ ਦਾ 2 ਲੱਖ 50 ਹਜ਼ਾਰ ਰੁਪਇਆ ਬੱਕਰੀ ਦਾ 1 50 25 ਹਜ਼ਾਰ ਰੁਪਇਆ ਖੂਸੂਰਤੀ ਦੇ ਨਾਮ ਵੀ ਇਸੇ ਤਰ੍ਹਾਂ ਹੀ ਹੈ ਤਿੰਨ ਕੈਟਾਗਰੀ ਦੇ ਸਹੀ ਤੇ ਚੌਵੀ ਸਾਬ ਜਿਹੜਾ ਤੁਸੀਂ ਮੇਲਾ ਕਰਾ ਰਹੇ ਜੇ ਇਹਨੂੰ ਫਰਾਦੀ ਸੀਤਨਾ ਕਰਾ ਰਹੇ ਜੇ ਤੁਹਾਡੀ ਕੋਈ ਤਨਜ਼ੀਮ ਹੈ ਉਹਦੇ ਜ਼ਰੀਏ ਕਰ ਰਹੇ ਜੀ ਸਾਡੀ ਜਿਹਦੇ 24 ਸਾਲ ਤੋਂ ਪ੍ਰੋਗਰਾਮ ਕਰਾ ਰਹੇ ਨੇ ਇੰਟਰਨੈਸ਼ਨਲ ਗੋਟ ਐਂਡ ਬਲਡ ਅਦਾਰਾ ਹੈ ਰਜਿਸਟਰਡ ਹੈ ਇਨਸ਼ਾਅੱਲਾ ਉਹਦੇ ਜ਼ਰੇ ਇhtimam ਪ੍ਰੋਗਰਾਮ ਹੋਏਗਾ ਜ਼ਰੇ ਯੂਨੀਵਰਸਿਟੀ ਵਾਲਿਆਂ ਦਾ ਤਾਵਨ ਹੈ ਅੱਛਾ ਔਰ ਬਰੀਡਿੰਗ ਬੈਫਲੋ ਅਦਾਰਾ ਸਾਡਾ ਇੱਕ ਹੈ ਜਿਹਦਾ ਆਲਰੇਡੀ ਬੈਂਸਾਂ ਤੇ ਕੰਮ ਮਾਸ਼ਾਅੱਲਾ ਬਹੁਤ ਅੱਛਾ ਕਰ ਰਿਹਾ ਤੇ ਉਹਨਾਂ ਦੀ مشاورਤ ਇਨਸ਼ਾਅੱਲਾ ਉਹਦੇ ਇਸ ਪ੍ਰੋਗਰਾਮ ਚ ਹੋਏਗੀ ਜੀ ਚੋਇਸ ਸਾਹਿਬ ਅੱਜ ਤੋਂ ਕੁਛ 6-7 ਮਹੀਨੇ ਪਹਿਲੇ ਸੋਸ਼ਲ ਮੀਡੀਆ ਤੇ ਨਾ ਜੀ مختلف ਗਰੁੱਪਾਂ ਵਿੱਚ ਵੀ ਪੋਸਟਾਂ ਲੱਗੀਆਂ ਤੁਹਾਡੇ ਹਵਾਲੇ ਨਾਲ ਜੀ ਕਿਚੋਰੀ ਅਤਾ ਗੁਜਰ ਸਾਹਿਬ ਜੀ ਸੀਮਨ ਯੂਨਿਟ ਦਾ ਆਗਾਜ਼ ਕਰ ਰਹੇ ਨੇ ਜਿਹਦੇ ਚ ਅچھے ਛੋਟੇ ਸਿਲੈਕਟ ਕਰਕੇ ਖਾਸ ਤੌਰ ਤੇ ਮੱਝ ਦੇ ਜਿਹੜੇ ਸੀਮਨ ਤਿਆਰ ਹੋਣਗੇ ਤੇ ਉਹ ਦੋਸਤਾਂ ਨੂੰ ਜਿਹੜਾ ਨਸਲ ਦੀ ਬਰੀਡ ਲਈ ਗਿਫਟ ਕੀਤੇ ਜਾਣਗੇ ਫੀ ਸਬੀਲਿਲਾ ਸਦਕਾ ਜਾਰੀਆ ਦੀ ਨੀਤ ਨਾਲ ਤੇ ਉਹ ਅਸੀਂ ਚੋਇ ਸਾਬ ਤੁਹਾਨੂੰ ਪੁੱਛਣਾ ਚਾ ਰਹੇ ਆ ਕਿ ਉਹ ਤੁਹਾਡੇ ਮਾਮਲੇ ਕਿੱਥੇ ਤੱਕ ਪਹੁੰਚਿਆ ਤੇ ਕਿਉਂਕਿ ਕਾਫੀ ਦੋਸਤ ਸਵਾਲ ਕਰਦੇ ਆ ਪੁੱਛਦੇ ਵੀ ਆ ਹਰ ਬੰਦੇ ਦੀ ਤੁਹਾਡੇ ਤੱਕ ਅਪਰੋਚ ਨਹੀਂ ਹੈਗੀ ਤੇ ਸਾਨੂੰ ਅਜੇ ਦੱਸੋ ਕਿ ਤੁਹਾਡੇ ਜਿਹੜੇ ਉਹ ਸੀਮਨ ਯੂਨਿਟ ਵਾਲੇ ਮਾਮਲੇ ਕਿੱਥੇ ਤੱਕ ਚੱਲ ਰਹੇ ਆ ਜੀ ਕਿਦੋਂ ਮਾਰਕੀਟ ਚ ਸੀਮਨ ਆਏਗਾ ਜੀ ਜੀ ਹਬ ਸਭ 2019 ਦਾ ਜਦੋਂ ਅਸੀਂ ਪ੍ਰੋਗਰਾਮ ਰੱਖਿਆ ਸੀ ਉੱਥੇ ਐਲਾਨ ਕਰ ਦਿੱਤਾ ਸੀਗਾ ਕਿ ਇਨਸ਼ਾਅੱਲਾ ਅਸੀਂ ਬਰੀਡਿੰਗ ਦੇ ਉੱਤੇ ਕੰਮ ਕਰਨਾ ਕਿਉਂਕਿ ਬਰੀਡਿੰਗ ਬੈਫਲੋ ਇੱਕ ਨਾਮ ਹੀ ਬਰੀਡਿੰਗ ਦਾ ਹੈ ਤੇ ਕਰੋਨਾ ਦੀ ਵਜ੍ਹਾ ਨਾਲ ਕੁਝ ਕੰਮ ਸਲੋ ਹੋ ਗਿਆ ਫਿਰ ਕੁਝ ਦੋਸਤਾਂ ਨੇ ਮਿਲ ਕੇ ਕਿ ਅਸੀਂ ਆਰਮੀ ਵਾਲਿਆਂ ਨੂੰ ਦਈਏ ਅਸੀਂ ਉੱਥੇ ਕੰਮ ਕਰੀਏ ਉਹ ਵੀ ਕੁਝ ਸਿਆਸੀ ਨਜ਼ਰ ਹੋ ਗਿਆ ਅੱਜ ਤੋਂ 6-7 ਮਹੀਨੇ ਪਹਿਲੇ ਐਲਾਨ ਕੀਤਾ ਦੋਸਤਾਂ ਨੇ ਉਸ ਟਾਈਮ ਤੋਂ ਬਹੁਤ ਜ਼ਿਆਦਾ ਉਸ ਕੰਮ ਨੂੰ ਐਪਰੀਸ਼ੀਏਟ ਕੀਤਾ ਦੁਹਰਾਇਆ ਬਹੁਤ ਸੋਹਰਾਇਆ ਲੇਕਿਨ ਉਹਦੇ ਚ ਜਿਹਦੇ ਸਾਡੇ ਜਿਨ੍ਹਾਂ ਦੋਸਤਾਂ ਤੇ ਬੜੀਆਂ ਉਮੀਦਾਂ ਵਬਸਤਾ ਸੀ ਉਹਨਾਂ ਦਾ ਕਿਸੇ ਕਿਸਮ ਦਾ ਕੋਈ مشورہ کوئی ਗੱਲਬਾਤ ਨਹੀਂ ਹੋਈ ਸਾਡੇ ਇੱਕ ਲਾਹੌਰ ਤੋਂ ਨੇ ਚੋਰੀ ਆਸ਼ਕ ਸਾਹਿਬ ਉਹਨਾਂ ਨੇ ਇੱਕ ਬਲ ਡੋਨੇਟ ਕਰਨ ਦਾ ਵੀ ਵਾਅਦਾ ਕੀਤਾ ਸੀ ਤੇ ਅਸੀਂ ਉਸ ਲੋਕਾਂ ਦੇ ਰਵਈਏ ਤੋਂ ਬਹੁਤ مایوس ਹੋਏ ਕਿ ਜਿਹਦੇ ਬਰੀਡਿੰਗ ਦੇ ਉੱਤੇ ਵਾਅਦੇ ਔਰ ਸੁਪਨੇ ਤਾਂ ਬਹੁਤ ਜ਼ਿਆਦਾ ਦਿਖਾਉਂਦੇ ਨੇ ਲੇਕਿਨ ਇਹ ਹੈ ਕਿ ਇਸ ਮਾਮਲੇ 'ਚ ਉਹਨਾਂ ਦਾ ਕਿਸੇ ਕਿਸਮ ਦਾ مشورہ ਜਾਂ ਕਿਸੇ ਕਿਸਮ ਦੀ ਤਾਵੰਦੀ ਕੋਈ ਉਹਨਾਂ ਨੇ ਯਕੀਨ دہਾਨੀ ਤੱਕ ਨਹੀਂ ਕਰਵਾਈ ਹੁਣ ਮੈਂ ਜ਼ਰੀ ਯੂਨੀਵਰਸਿਟੀ ਵਾਲਿਆਂ ਨੂੰ ਇੱਕ ਮਾਸ਼ਾਅੱਲਾ ਬਹੁਤ ਆਊਟ ਕਲਾਸ ਬੁੱਲਸੀ ਉਹਦੀ نسل ਅਰਸਾਦ ਰਾਸ ਤੋਂ ਸਾਡੇ ਕੋਲ ਚਲਦੀ ਆ ਰਹੀ ਹੈ ਜਿਹਦੀ ਮਾਂ ਦਾ ਦੁੱਧ ਵੀ ਬਹੁਤ ਅੱਛਾ ਰਿਕਾਰਡ ਹੈ ਉਹ ਅਸੀਂ ਜ਼ਰੀ ਯੂਨੀਵਰਸਿਟੀ ਵਾਲਿਆਂ ਨੂੰ ਦਿੱਤਾ مزید ਜਿਹਦਾ ਹੈ ਤਿੰਨ ਬੁੱਲ ਸਾਡੇ ਕੋਲ ਮੇਰੇ ਕੋਲ ਹੈ ਨੇ ਉਹ ਵਿਭਾਗ ਲਾਈਕਸਟਾਕ ਨੂੰ ਇਨਸ਼ਾਅੱਲਾ ਡੋਨੇਟ ਕਰ ਦੇਵਾਂਗੇ ਅਗਰ ਜ਼ਰੀ ਯੂਨੀਵਰਸਿਟੀ ਵਾਲਿਆਂ ਨੇ ਉਸਤੇ ਅੱਛਾ ਕੰਮ ਕੀਤਾ مزید ਵੀ ਇਨਸ਼ਾਅੱਲਾ ਅਸੀਂ ਉਹਨਾਂ ਨੂੰ ਬੁੱਲ ਦੇਵਾਂਗੇ ਔਰ ਜਿੰਨਾ ਸਾਡੇ ਕੋਲ ਹੋ ਸਕੇ ਆ ਅਸੀਂ ਆਪਣੇ ਤੌਰ ਤੇ ਇਨਸ਼ਾਅੱਲਾ ਕੰਮ ਕਰਾਂਗੇ ਤੇ ਦੁਆ ਕਰੋ ਕਿ ਅੱਲਾਹ ਤਾਲਾ ਦੀ ਜ਼ਾਤ ਸਾਨੂੰ ਇਸ ਮਕਸਦ ਚ ਕਾਮਯਾਬ ਕਰੇ ਸਾਡਾ ਮੇਨ ਮਕਸਦ ਪਹਿਲੇ ਵੀ ਜਦੋਂ ਫ੍ਰੀ ਰੱਖਿਆ ਸੀਗਾ ਕਿ ਜਿਹਦੇ ਛੋਟੇ ਕਿਸਾਨ ਭਾਈ ਨੇ ਸਾਡੇ ਉਹਨਾਂ ਦਾ ਫਾਇਦਾ ਹੋਵੇ ਤੇ ਲੇਕਿਨ ਲੋਕ ਮੈਂ ਦੇਖਿਆ ਓਵਰਆਲ ਜਿਹਦੇ ਸਾਡੇ ਸ਼ੁਕੀਨ ਜਿਹਦੇ ਜ਼ਿਆਦਾ ਨਹੀਂ ਉਹ ਕਮਰਸ਼ੀਅਲ ਕੰਮਲ ਦੋਸਤਾਂ ਚਕਾਓ ਤਾਂ ਦਿਲਚਸਪੀ ਜ਼ਿਆਦਾ ਵਾ ਫ੍ਰੀ ਨੂੰ ਸ਼ਾਇਦ ਇਹਨਾਂ ਲਾਇਕ ਨਹੀਂ ਕਰਦੇ ਤੇ ਇਨਸ਼ਾਅੱਲਾ ਜ਼ਰੀ ਯੂਨੀਵਰਸਿਟੀ ਵੀ ਫ੍ਰੀ ਹੈ ਔਰ ਪੂਰੇ ਪਾਕਿਸਤਾਨ ਚੋਂ ਤੋਂ ਸਿਮਨ ਜਾਂਦੇ ਨੇ ਇਸੇ ਤਰ੍ਹਾਂ ਹੀ ਮਹਿਕਮਾ ਲਾਈਕਸਟਾਕ ਹੈ ਉਹ ਆਲਰੇਡੀ ਬਹੁਤ ਅੱਛਾ ਕੰਮ ਕਰ ਰਿਹਾ ਸਾਡਾ ਧਾਰਾ ਵਾ ਗਵਰਨਮੈਂਟ ਦਾ ਧਾਰਾ ਵਾ ਇਨਸ਼ਾਅੱਲਾ ਜਿੰਨੀ ਹੋ ਸਕੀ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਤੇ ਕਿਉਂਕਿ ਪਾਕਿਸਤਾਨ ਸਾਡਾ ਸਾਰਿਆਂ ਦਾ ਵਾ ਜੀ ਪੰਜਾਬ ਗਵਰਨਮੈਂਟ ਸਾਡੀ ਸਾਰਿਆਂ ਦੀ ਹੈ ਜੀ ਜੀ ਤੇ ਇਨਸ਼ਾਅੱਲਾ ਅਸੀਂ ਉਹਨਾਂ ਮਿਲ ਕੇ ਜੋ ਹੈ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਇਸ ਮਨਸੂਬੇ ਨੂੰ ਕਾਮਯਾਬ ਕੀਤਾ ਜਾਵੇ ਜੀ ਇਨਸ਼ਾਅੱਲਾ ਜੀ ਬਹੁਤ ਸ਼ੁਕਰੀਆ ਜੀ ਤੇ ਚੋਹ ਸਾਬ ਮੇਲੇ ਦੇ حوالے ਨਾਲ مزید ਜੇ ਤੁਸੀਂ ਕੋਈ ਗੱਲ ਕਰਨਾ ਚਾਹੋ ਦੋਸਤਾਂ ਨੂੰ ਪੇਗਾਮ ਦੇਣਾ ਚਾਹੋ ਮੇਲੇ ਦੀ ਰੌਣਕ ਵਾਦਦੀ ਹੈ ਸਾਰੇ ਦੋਸਤਾਂ ਨੂੰ ਰਿਕਵੈਸਟ ਹੈ ਕਿ ਜ਼ਰੂਰ تشریف ਲਿਆਣ ਇਹ ਤੁਹਾਡੇ ਲਈ ਹੈ ਤੁਹਾਡਾ ਪ੍ਰੋਗਰਾਮ ਹੈ ਅੱਛਾ ਔਰ ਇਹਨੂੰ ਕਾਮਯਾਬ ਸਾਰੇ ਦੋਸਤ ਮਿਲ ਕੇ ਕਰਨ ਸਹੀ ਤੇ ਮੇਰਾ ਤੇ ਇੱਕ ਸ਼ੌਕ ਇੱਕ جنੂਨ ਹੈ ਕਿ ਅਸੀਂ ਕਿਉਂਕਿ ਪਾਕਿਸਤਾਨ ਦੀ ਬਹਿਫਲੋ ਜਿਹਦੀ ਹੈ ਉਹ ਪੂਰੀ ਦੁਨੀਆ ਚ ਅੱਛੀ ਹੈ مزید ਇਹਨੂੰ ਬਿਹਤਰ ਕੀਤਾ ਜਾਵੇ ਸਹੀ ਇਸੇ ਤਰ੍ਹਾਂ ਸਾਈਵਲ ਗਾਏ ਕਿਸੇ ਵਕਤ ਚ ਬਹੁਤ ਅੱਛਾ ਨਾਮ ਹੁੰਦਾ ਸੀ ਜੀ ਤੇ ਲੇਕਿਨ ਇਸਾਈ ਵੱਲ ਗਏ ਵੀ ਬਹੁਤ ਪਿੱਛੇ ਚਲੇ ਗਈ ਤੇ ਕੋਸ਼ਿਸ਼ ਹੈ ਕਿ ਇਹਨੂੰ ਵੀ ਮਜ਼ੀਦ ਜਿਹੜਾ ਹੈ ਬਿਹਤਰ ਕੀਤਾ ਜਾਵੇ ਔਰ ਪਾਕਿਸਤਾਨ ਦੀ ਬੱਕਰੀ ਦੀ ਤੇ ਮਸਾਲ ਹੀ ਕੋਈ ਨਹੀਂ ਹੈ ਵਜ਼ਨ ਔਰ ਦੁੱਧ ਦੇ ਮੁਕਾਬਲੇ ਤੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਇਹਨੂੰ ਵੀ ਅਸੀਂ ਮਜ਼ੀਦ ਬਿਹਤਰ ਕੀਤਾ ਜਾਵੇ ਮੁਕਾਬਲੇ ਕਰਾਂ ਦਾ ਮਕਸਦ ਹੀ ਇਹ ਹੈ ਕਿ ਲੋਕਾਂ ਦੀ ਹੌਸਲਾ ਅਫਜ਼ਾਈ ਹੋਵੇ ਔਰ ਅੱਛੇ ਜਾਨਵਰ ਆਣ ਅੱਛੇ ਜਾਨਵਰਾਂ ਦੇ ਬੱਚੇ ਲੈ ਕੇ ਜਿਹੜੀ ਅੱਗੇ ਅੱਛੀ نسل ਬਣੇ ਇਨਸ਼ਾਅੱਲਾ ਜਿੰਨੀ ਦੇਰ ਤੱਕ ਜ਼ਿੰਦਗੀ ਹੈ ਕੋਸ਼ਿਸ਼ ਕਰਦੇ ਰਵਾਂਗੇ ਕਿ ਅੱਲਾਹ ਤਾਲਾ ਦੀ ਜਾਤ ਸਾਡੇ ਕੋਲੋਂ ਇਹ ਕੰਮ ਲੈਂਦੇ ਰਹਿਣ ਬਹੁਤ ਮਿਹਰਬਾਨੀ ਸ਼ੁਕਰੀਆ ਇਨਸ਼ਾਅੱਲਾ ਜੀ ਬਹੁਤ ਸ਼ੁਕਰੀਆ ਤੇ ਇਸ ਵੇਲੇ ਸਾਡੇ ਕੋਲ ਮੌਜੂਦ ਨੇ ਚੌਧਰੀ ਇਰਫਾਨ ਗੁੱਜਰ ਸਾਹਿਬ ਮੀਆਂ ਸਜਾਦ ਅਲੀ ਸਾਹਿਬ ਇਹਨਾਂ ਦੀ ਮੌਜੂਦਗੀ ਦਾ ਵੀ ਫਾਇਦਾ ਉਠਾਣੇ ਆ ਤੇ ਇਹਨਾਂ ਨਾਲ ਵੀ ਮੇਲੇ ਤੇ ਗੱਲ ਕਰਨੇ ਆ ਜੀ ਅਸਲਾਮ ਵਾਲੇਕਮ ਵਾਰਿਕ ਸਲਾਮ ਚੌਧਰੀ ਸਾਹਿਬ ਇਸ ਮੇਲੇ ਦੇ ਬਾਰੇ ਵਿੱਚ ਜਿਹੜਾ ਦੋਸਤਾਂ ਨੂੰ ਕਾਫੀ ਸ਼ੌਕ ਵੀ ਸੀ ਤੇ ਇੰਤਜ਼ਾਰ ਵੀ ਸੀਗਾ ਤੇ ਤੁਸੀਂ ਵੀ ਮਾਸ਼ਾਅੱਲਾ ਲਗਾਤਾਰ ਦੁੱਧ ਮੇਲਿਆਂ 'ਚ ਹਿੱਸਾ ਲੈ ਰਹੇ ਹੋ ਖੂਬਸੂਰਤੀ ਦੇ ਮੁਕਾਬਲਿਆਂ 'ਚ ਵੀ ਜਾ ਰਹੇ ਜੇ ਆਪਣੇ ਖਿਆਲਾਂ ਦਾ ਜ਼ਾਹਰ ਕਰੋ ਦੇਖੋ ਜੀ ਜਿਹੜਾ ਇਸ ਮੌਸਮ ਦਾ ਮੇਲਾ ਹੈ ਕਹਿੰ ਲੋ ਕਿ ਅੱਗੇ ਪਹਿਲੇ ਸ਼ਹਿੂਪੁਰੇ ਚ ਹੁੰਦਾ ਸੀ ਉਹ ਕਰੋਨਾ ਦੀ ਵਜ੍ਹਾ ਤੋਂ ਜਾਂ ਕਿਸੇ ਹੋਰ ਵਜ੍ਹਾ ਤੋਂ ਪਿਛਲੇ 3 ਸਾਲ ਤੋਂ ਨਹੀਂ ਹੋ ਸਕਿਆ ਤੇ ਦੂਸਰੀ ਗੱਲ ਜਿਹੜੀ ਮੈਂ ਹਾਈਲਾਈਟ ਕਰਨਾ ਚਾਹ ਰਿਹਾ ਹਾਂ ਕਿ ਚਸ ਦਾ ਜਨੂਨ ਸ਼ੌਕ ਉਹ ਜਿਹੜੀ ਐਫਰਟ ਹੈ ਨਾ ਇਹ ਬੜੀ ਮਸਾਲੀ ਹੈ ਇੰਡੀਵਿਜੂਅਲੀ ਸਤਾ ਤੇ ਮੇਰਾ ਨਹੀਂ ਹਾਲ ਕਿ ਇਹ ਕੋਈ ਲਗੀ ਲਿਪਟੀ ਗੱਲ ਨਹੀਂ ਕਿ ਇਹ ਕੇ ਮੁੰਡ ਦੀ ਤਾਰੀਫ ਹੈ ਸ਼ਾਇਦ ਹੀ ਕੋਈ ਅਸੀ ਸ਼ਖਸੀਅਤ ਹੋਵੇ ਇਹ ਇੰਡੀਵਿਜੂਅਲੀ اتنا ਖਰਚਾ ਕਰਕੇ ਇਸ ਲੈਵਲ ਤੇ ਜਾ ਕੇ ਹਰ ਸ਼ੋਅ ਵਿੱਚ ਬੜ ਚੜ ਕਿਸਾ ਲੰਦੇ ਨੇ। ਔਰ ਲੋਕਾਂ ਦੀ ਹੌਸਲਾ ਫਜ਼ਾਈ ਕਰਦੇ ਨੇ। ਜਿੰਨੀ ਵੀ ਸਰਦੀ ਇਸ ਨੂੰ ਇਸ ਕੰਮ ਸਰਹਾਇਆ ਜਾਏ ਓਨਾ ਕੰਮ। ਔਰ ਬੜੀ ਦਲੇਰੀ ਨਾਲ ਇਹ ਕੰਮ ਜਿਹੜਾ ਨਾ ਜੀ ਬੜੀ ਖੁਸ਼ੀ ਨਾਲ ਉਹ ਦਲੇਰੀ ਨਾਲ ਕਰਦੇ ਨੇ ਬਗੈਰ ਕਿਸੇ ਬੋਝ ਤੋਂ ਆਪਣੇ ਦਿਲ ਨਾਲ ਤੇ ਦੂਸਰਾ ਮੇਲੇ ਦੇ ਵਾਲੇ ਨਾਲ ਮੈਂ ਇਹ ਕਹਣਾ ਚਾਹ ਰਾਂ ਕਿ ਠੀਕ ਇਹਦੇ ਚ ਮੇਰੇ ਹਾਲਚ ਅੱਛੀ ਚੀਜ਼ ਹੈ ਕਿ ਦੋ ਤਿੰਨ ਮੇਲੇ ਜਾਂ ਕੁਝ ਮੇਲੇ ਜਿਹੜੇ ਨੇ ਫਰਵਰੀ ਮਾਰਚ ਹੋ ਰਹੇ ਨੇ ਔਰ ਨਵੰਬਰ ਇਸ ਮੌਸਮ ਵਾਲਾ ਜਿਹੜੇ ਕੁਝ ਜਾਨਵਰ ਜਿਹੜੇ ਨੇ ਫਰਵਰੀ ਮਾਰਚ 'ਚ ਨਹੀਂ ਸੁੰਦੇ ਔਰ ਨਵੰਬਰ 'ਚ ਉਹਨਾਂ ਦੀ ਕਵਿੰਗ ਨਵੰਬਰ ਦੇ ਮੌਸਮ ਦੇ ਸਾਰ ਨਾਲ ਤੋਂ ਵੀ ਹਾਈਲਾਈਟ ਹੋ ਜਾਣਗੇ। ਤੋਂ ਇਸ ਤਰ੍ਹਾਂ ਸ਼ੌਕਵਰ ਦਾ ਜਿਸ ਤਰ੍ਹਾਂ ਜੋ ਸਭ ਨੇ ਜ਼ਿਕਰ ਕੀਤਾ ਹੈ ਕਿ ਆਮ ਆਦਮੀ ਦੀ ਹੌਸਲਾ ਫਜ਼ਾਈ ਉਹਦਾ ਜਾਨਵਰ ਅੱਛੀ ਰੇਟ ਤੇ ਇਸੇ ਸੇਲ ਹੁੰਦਾ ਉਹ ਦੀ ਜਿੰਦਾ ਮਸਾਲੇ ਕਿ ਇੱਕ ਮੱਝ ਅਸੀਂ ਮੇਲੇ ਚ ਖਰੀਦੀ ਨਾਰਮਲੀ ਅਗਰ ਉਹ ਇੱਕ ਆਮ ਬ੍ਰੀਡਰ ਹੈ ਆਮ ਫਾਰਮਰ ਹੈ ਉਹ ਮੱਝ ਸੀ 4 ਲੱਖ ਦੀ ਅਸੀਂ 11,25,000 ਰੁਪਏ ਦੀ ਖਰੀਦੀ ਮਰ ਲੋ ਦਾ ਫਾਇਦਾ ਹੋ ਗਿਆ ਔਰ ਮੱਝ ਨੇ ਪਰਫਾਰਮ ਵੀ ਕੀਤਾ ਮੱਝ ਵੀ ਅੱਛੀ ਸੀ ਸਹੀ ਤੇ ਇਸ ਤਰ੍ਹਾਂ ਛੋਟੇ ਲੈਵਲ ਤੇ ਇਹਦਾ ਅਸਰ ਪੈਂਦਾ ਹੈ ਗਰਾਸ ਰੂਟ ਲੈਵਲ ਤੇ ਲੋਕਾਂ ਨੂੰ ਸ਼ੌਕ ਵੱਧਦਾ ਹੈ ਔਰ ਲੋਕ ਮਿਹਨਤ ਕਰਦੇ ਹੈ ਜੀ ਅਸਵਲ ਮੀਆਂ ਸਜਾਦਾ ਅਲੀ ਸਾਹਿਬ ਵੀ ਸਾਡੇ ਕੋਲ ਮੌਜੂਦ ਹੈ ਇਹਨਾਂ ਦੇ ਵੀ ਮੇਲੇ ਦੇ ਬਾਰੇ ਚਤਾਸਰਾਤ ਲੈਣੇ ਆ ਜੀ ਮੀਆਂ ਸਾਹਿਬ ਅਸਲਾਮ ਵਾਲੇ ਵਾਅਲੈਕੁਮ ਸਲਾਮ ਜੀ ਸਭ ਤੋਂ ਪਹਿਲਾਂ ਤੇ ਮੈਂ ਚੌਰੀ ਅਤਾ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਮੇਲੇ ਦੀ ਵਜ੍ਹਾ ਨਾਲ ਹਾਂ ਜੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਡਾ ਸ਼ੌਕ ਆ ਤੇ ਇਹ ਕੋਲੋਂ ਪੈਸੇ ਲਾ ਕੇ ਤੇ ਸਾਡਾ ਪੂਰਾ ਕਰਦੇ ਆ ਤੇ ਬਾਕੀ ਜਿਹੜੇ ਦੋਸਤ ਨੇ ਜਿੰਨੇ ਵੀ ਇਹਨਾਂ ਨੂੰ ਚਾਹੀਦਾ ਵਾ ਵੀ ਜ਼ਿਆਦਾ ਤੋਂ ਜ਼ਿਆਦਾ ਹੋਣ ਲਾਹੌਰ ਵਾਲੇ ਜਿੱਥੋਂ ਜਿੱਥੋਂ ਵੀ ਹੈ ਪੰਜਾਬ ਦੇ ਵਿੱਚ ਸਾਰੇ ਤਸ਼ਰੀਫ ਲਿਆਉਣ ਅਸੀਂ ਕੁਝ ਸ਼ਾਮਦਿੱਦ ਕਵਾਂਗੇ ਰੌਣਕ ਬਣੇਗੀ ਬੰਦੇ ਆਉਣਗੇ ਤੇ ਰੌਣਕ ਬਣੇਗਾ ਨਹੀਂ ਜੀ ਜੀ ਹਾਂਜੀ ਠੀਕ ਹੈ ਜੀ ਜੀ ਦੋਸਤੋ ਇਸ ਵੇਲੇ ਜਿਹੜਾ ਵਾ ਫੈਸਲਾਬਾਦ ਜ਼ਰੀ ਯੂਨੀਵਰਸਿਟੀ 'ਚ ਜਿਹੜਾ ਮੇਲਾ ਹੁੰਦਾ ਵਾ ਉਹਦਾ ਐਲਾਨ ਚੋਰੀ ਅਤਾ ਗੁਜਰ ਸਾਹਿਬ ਨੇ ਕਰ ਦਿੱਤਾ ਵਾ ਤੇ ਜਿਹੜੇ ਅੱਜ ਤੋਂ ਪਹਿਲੇ ਯੂਨੀਵਰਸਿਟੀ 'ਚ ਮੇਲੇ ਹੁੰਦੇ ਰਹੇ ਆ ਚੋਰੀ ਅਤਾ ਗੁਜਰ ਸਾਹਿਬ ਦੇ ਤਾਵਨ ਨਾਲ ਜਾਂ ਇਹਨਾਂ ਦੀ ਸਰਪ੍ਰਸਤੀ ਵਿੱਚ ਜਿਹੜੇ ਦੋਸਤ ਆਂਦੇ ਰਹੇ ਉਹਨਾਂ ਨੂੰ ਪਤਾ ਕਿ ਇੱਥੇ ਮਹਿਮਾਨ ਨਵਾਜ਼ੀ ਦਾ ਕੀ ਮਿਆਰ ਆ ਜ਼ਿਮੀਂਦਾਰ ਦੀ ਕਿਸਾਨ ਭਾਈਆਂ ਦੀ ਕਿਵੇਂ ਖਿਦਮਤ ਕਿਵੇਂ ਤਵਾਜ਼ਾ ਕੀਤੀ ਜਾਂਦੀ ਆ ਉਹਨਾਂ ਦਾ ਇੱਜ਼ਤ ਨਫਸ ਦਾ ਕਿਵੇਂ ਖਿਆਲ ਕੀਤਾ ਜਾਂਦਾ ਅਕਸਰ ਜਗ੍ਹਾ ਤੇ ਦੋਸ਼ ਸ਼ਕੀਨ ਬੈ ਕੇ ਜਦੋਂ ਬੈਠਕ ਕਰਦੇ ਆ ਤੇ ਇਸ ਮੇਲੇ ਨੂੰ ਬੜੇ ਅੱਛੇ ਤਰੀਕੇ ਨਾਲ ਯਾਦ ਕਰਦੇ ਆ ਤੇ ਹੁਣ ਇਹ ਮੇਲਾ ਇਨਸ਼ਾਅੱਲਾ ਫੇਰ ਲੱਗੇਗਾ ਰੌਣਕਾਂ ਲੱਗਣ ਗਿਆ ਤੇ ਸਾਰੇ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਵੱਧ ਚੜ ਕੇ ਹਿੱਸਾ ਲੈਣ ਜਿੰਨਾ ਤੇ ਪਹਿਲੀਆਂ ਤਿੰਨ ਪੋਜੀਸ਼ਨਾਂ ਹੁੰਦੀਆਂ ਤੇ ਬਾਕੀ ਮੇਲੇ ਦੇ ਹੋਰ ਵੀ ਬੜੇ ਅਹਿਮ ਮਕਸਦ ਹੁੰਦੇ ਆ ਦੋਸਤ ਮਿਲ ਬੈਠਦੇ ਆ ਬਰੀਡ ਤੇ ਗੱਲ ਕਰਦੇ ਆ ਇੱਕ ਦੂਸਰੇ ਨਾਲ ਗੱਪਸ਼ਪ ਕਰਦੇ ਆ ਮੱਝ ਦੀ ਬਕਾ ਹੋਵੇ ਗਾਂ ਖਾਸ ਤੌਰ ਤੇ ਸਾਈਵਾਲ ਜਿਵੇਂ ਚੋਹੇ ਸਾਹਿਬ ਨੇ ਵੀ ਹਜ਼ਾਰ ਕੀਤਾ ਉਦੇ ਤੱਕ ਆਪਸ਼ਾਪ ਹੁੰਦੀ ਆ ਤੇ ਅਸੀਂ ਆਖਰ ਤੇ ਚੋਰੀ ਅਤਾ ਗੁਜਰ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਾਂਗੇ ਸਾਰੇ ਸ਼ਕੀਨਾਂ ਦੀ ਤਰਫੋਂ ਤੇ ਕਿਸਾਨ ਭਾਈਆਂ ਦੀ ਤਰਫੋਂ ਕਿ ਚੋਰੀ ਸਾਹਿਬ ਨੂੰ ਅੱਲਾਹ ਤਾਲਾ ਸੇਹਤ ਤੰਦਰੁਸਤੀ ਦੇਵੇ ਤੇ ਇਹੋ ਜਿਹਾ ਸ਼ੌਕ ਇਹ ਕਰਾਂਦੇ ਰਹਿਣ ਜਿਹਦੇ ਨਾਲ ਜਿਹੜਾ ਸਾਡੇ ਜਿਹੜੀ ਇੱਥੋਂ ਦੀ ਦੇਸੀ ਬਰੀਡ ਆ ਮੱਝ ਹੈ ਵਾ ਨੀਲੀ ਰਾਵੀ ਕਰਾਸ ਹੈਗੀ ਆ ਨੀਲੀ ਆ ਰਾਵੀ ਆ ਚੋਲਿਸਤਾਨੀ ਗਾਮ ਆ ਤੇ ਸਾਈਵਾਲ ਲਗਾਮ ਆ ਬੱਕਰੀਆਂ ਸਾਡੀਆਂ ਜਿਹੜੀਆਂ ਤੋਂ ਪਾਕਿਸਤਾਨ ਦੀਆਂ ਨੇ ਸਭ ਤੋਂ ਅੱਛੀਆਂ ਨੇ ਇਹਨਾਂ ਦੀ ਬਕਾਲੀਏ ਬਹੁਤ ਜ਼ਰੂਰੀ ਆ ਤੇ ਚੋਣ ਸਭ ਤੁਹਾਡਾ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਫਿਰ ਆ ਜੀ ਖੌਨਸਾ ਹੁਣ ਸਾਨੂੰ ਇਜਾਜ਼ਤ ਦਿਓ ਜੀ ਅੱਲਾਹ ਤਾਲਾ ਤੁਹਾਡਾ ਤੇ ਮੇਰਾ ਆਮੀਨ ਨਾਸਰ ਹੋ ਪਾਕਿਸਤਾਨ ਜ਼ਿੰਦਾਬਾਦ